ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਨਾਮ ਮਿਲਣ ਸੰਬੰਧੀ ਕੈਪਟਨ ਦੇ ਬਿਆਨ ਨੂੰ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਵੱਲੋਂ ਕੈਪਟਨ ਦੀ ਨਿੱਜੀ ਰਾਏ ਦੱਸਿਆ ਗਿਆ ਤੇ ਕਿਹਾ ਗਿਆ ਕਿ ਉਹਨਾਂ ਦੀ ਮਰਜ਼ੀ ਹੈ ਕਿ ਉਹ ਕਿਸੇ ਨੂੰ ਮਿਲਣਾ ਚਾਹੁੰਦੇ ਨੇ ਜਾਂ ਨਹੀਂ। ਨਾਲੋ ਨਾਲ ਉਹਨਾਂ ਸੱਜਣ ਦੇ ਕੈਨੇਡਾ 'ਚ ਡਿਫੈਂਸ ਮਿਨਿਸਟਰ ਬਣਨ ਨੂੰ ਪੰਜਾਬੀਆਂ ਲਈ ਤੇ ਭਾਰਤ ਵਾਸੀਆਂ ਲਈ ਮਾਣ ਵਾਲੀ ਗੱਲ ਦੱਸਿਆ। ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਲੈ ਦਿੱਤੇ ਬਿਆਨ ਤੋਂ ਬਾਅਦ ਕੈਪਟਨ ਬੇਸ਼ੱਕ ਚਾਰੇ ਪਾਸਿਆਂ ਤੋਂ ਘਿਰੇ ਹੋਏ ਨਜ਼ਰ ਆ ਰਹੇ ਨੇ। ਜਦਕਿ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਨੇ ਕੈਪਟਨ ਦਾ ਪੱਖ ਪੂਰਦਿਆਂ ਕਿਹਾ ਕਿ ਹਰ ਇਨਸਾਨ ਨੂੰ ਅਧਿਕਾਰ ਹੈ ਕਿ ਉਹ ਕਿਸੇ ਨੂੰ ਮਿਲਣਾ ਚਾਹੁੰਦਾ ਜਾਂ ਨਹੀਂ। ਦੇਖੋ, ਮੈਂ ਇੱਕ ਫਰਮ ਬਿਲੀਵਰ ਹੈਗਾ ਕਿ ਜਿਹੜੀ ਫਰੀਡਮ ਆਫ ਐਕਸਪ੍ਰੈਸ਼ਨ ਹੈਗੀ ਹੈ, ਫਰੀਡਮ ਆਫ ਥੋਟ ਹੈਗਾ, ਫਰੀਡਮ ਆਫ ਐਕਸਪ੍ਰੈਸ਼ਨ ਹੈਗੀ ਹੈ, ਮੈਂ ਉਹਦੇ ਬੜੇ ਹੱਕ 'ਚ ਹੈਗਾ। ਇਹ ਜਿਹੜਾ ਸਾਡਾ ਕਾਨੂੰਨ ਵੀ ਹੈਗਾ, ਮੈਂ ਕਾਨੂੰਨ ਦੀ ਵੀ ਗੱਲ ਕਰਾਂ, ਚਾਹੇ ਭਾਰਤ ਦਾ ਹੈਗਾ ਜਾਂ ਕਿਸੇ ਹੋਰ ਦੇਸ਼ ਦਾ ਵੀ ਹੈਗਾ, ਸੋ ਕਾਲਡ ਡਿਫੇਮੇਸ਼ਨ ਦਿਸ ਐਂਡ ਦੈਟ ਇਜ਼ ਆਲ, ਮੈਂ ਸਮਝਦਾ ਇਸ ਆਲ ਨੋਨਸੈਂਸੀਕਲ, ਇਹਦੇ 'ਚ ਕੋਈ ਦਮ ਨਹੀਂ ਹੈਗਾ। ਫਰੀਡਮ ਆਫ ਐਕਸਪ੍ਰੈਸ਼ਨ ਹੋਣੀ ਚਾਹੀਦੀ ਹੈਗੀ ਹੈ, ਟੋਟਲ ਫਰੀਡਮ ਆਫ ਐਕਸਪ੍ਰੈਸ਼ਨ ਐਂਡ ਫਰੀਡਮ ਆਫ ਥੋਟ। ਕੈਪਟਨ ਸਾਹਿਬ ਨੇ ਕਿਹਾ ਕਿ ਅਸੀਂ ਨਹੀਂ ਮਿਲਣਾ ਹੈਗਾ। ਅਗੇਨ ਇਟ ਇਜ਼ ਅ ਫਰੀਡਮ ਆਫ ਥੋਟ ਐਂਡ ਐਕਸਪ੍ਰੈਸ਼ਨ, ਬੰਦਾ ਜਿਹੜਾ ਹੈਗਾ ਕਿਹਨੂੰ ਮਿਲਣਾ ਚਾਹੁੰਦਾ ਹੈਗਾ, ਕਿਹਨੂੰ ਨਹੀਂ ਮਿਲਣਾ ਚਾਹੁੰਦਾ ਹੈਗਾ, ਇਟ ਇਜ਼ ਜਸਟ ਅ ਪਰਸਨ ਸਵੀਟ ਵਿਲ। ਨਾਲੋ ਨਾਲ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਨੇ ਕਿਹਾ ਕਿ ਜੇਕਰ ਹਰਜੀਤ ਸਿੰਘ ਸੱਜਣ ਸੱਚਮੁੱਚੀ ਖਾਲਿਸਤਾਨੀ ਵਿਚਾਰਧਾਰਾ ਦੇ ਨਾਲ ਸਹਿਮਤੀ ਪ੍ਰਗਟਾਉਂਦੇ ਨੇ ਤਾਂ ਇਸ ਵਿੱਚ ਕੋਈ ਗਲਤ ਨਹੀਂ ਹੈ। ਉਹਨਾਂ ਆਖਿਆ ਕਿ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਵੱਲੋਂ ਵੀ ਹਰ ਇੱਕ ਨੂੰ ਆਜ਼ਾਦ ਸੋਚ ਰੱਖਣ ਦਾ ਅਧਿਕਾਰ ਦਿੱਤਾ ਗਿਆ। ਕੈਨੇਡੀਅਨ ਗਵਰਨਮੈਂਟ ਦੇ ਜਿਹੜੇ ਕਹਿੰਦੇ ਹੈਗੇ ਨੇ, ਕੁਝ ਜਿਹੜੇ ਮੰਤਰੀ ਸਾਹਿਬਾਨ ਹੈਗੇ ਨੇ ਜਾਂ ਕੋਈ ਦੂਜੇ ਹੈਗੇ ਨੇ, ਜੇ ਉਹ ਖਾਲਿਸਤਾਨੀ ਉਹਨਾਂ ਦੀ ਆਈਡੀਓਲੋਜੀ ਹੈਗੀ ਹੈ, ਜੇ ਉਹ ਸਪੋਰਟ ਕਰਦੇ ਹੈਗੇ ਨੇ, ਜੇ ਉਹ ਸਮਝਦੇ ਹੈ ਖਾਲਿਸਤਾਨ ਦੇ ਕੋਨਸੈਪਟ ਜਿਹੜੀ ਹੈਗੀ ਹੈ, ਦਿਸ ਇਜ਼ ਆਲ ਰਾਈਟ, ਇਹ ਉਹਨਾਂ ਦਾ ਆਪਣਾ ਵਿਚਾਰ ਹੈਗਾ। ਸਾਡਾ ਆਪਣਾ ਸੁਪਰੀਮ ਕੋਰਟ ਜਿਹੜਾ ਹੈਗਾ, ਉਹਦੀ ਵੀ ਜਿਹੜੇ ਕਿ ਆਰਡਰਸ ਹੈਗੇ ਨੇ, ਉਹਨਾਂ ਦਾ ਜਿਹੜਾ ਕੁਝ ਰੀਸੈਂਟ ਕੁਝ ਆਏ ਸਨ ਹੁਕਮਨਾਮੇ ਜਿਹੜੇ ਆਏ ਸਨ, ਉਹਦੇ 'ਚ ਆਇਆ ਗਿਆ ਸੀ ਜੇ ਬੰਦਾ ਕੋਈ ਕਿਸੇ ਪੋਲੀਟੀਕਲ ਆਈਡੀਓਲੋਜੀ ਦੀ ਗੱਲ ਕਰਦਾ ਹੈਗਾ, ਨਥਿੰਗ ਰੋਂਗ ਇਨ ਇਟ। ਉਸ ਵੇਲੇ ਤੱਕ ਜਦੋਂ ਉਹ ਬੰਦਾ ਉਸ ਪੋਲੀਟੀਕਲ ਆਈਡੀਓਲੋਜੀ ਨੂੰ ਫੁਲਫਿਲ ਕਰਨ ਲਈ ਆਮ ਨਹੀਂ ਚੱਕਦਾ ਹੈਗਾ, ਹਥਿਆਰ ਨਹੀਂ ਚੱਕਦਾ ਹੈਗਾ, ਵਾਇਲੈਂਸ ਵੱਲ ਨਹੀਂ ਜਾਂਦਾ ਹੈਗਾ, ਅਤੇ ਜੇ ਕੈਨੇਡੀਅਨ ਗਵਰਨਮੈਂਟ ਦਾ ਜਾਂ ਕੋਈ ਹੋਰ ਵੀ ਵਿਅਕਤੀ ਸੋਚਦਾ ਹੈਗਾ ਖਾਲਿਸਤਾਨ ਚੰਗਾ ਹੈਗਾ ਮਾੜਾ ਹੈਗਾ, ਵਟ ਐਵਰ, ਦੈਟ ਇਜ਼ ਹਿਜ਼ ਥੋਟ ਪ੍ਰੋਸੈਸ, ਦੈਟ ਇਜ਼ ਹਿਜ਼ ਆਈਡੀਓਲੋਜੀ, ਦੈਟ ਇਜ਼ ਪੋਲੀਟੀਕਲ ਥਿੰਗ। ਜਦੋਂ ਤੱਕ ਉਹ ਕੋਈ ਹਥਿਆਰ ਨਹੀਂ ਚੱਕਦਾ ਹੈਗਾ, ਵਾਇਲੈਂਸ ਨਹੀਂ ਕਰ ਸਕਦਾ, ਇਜ਼ ਪਰਫੈਕਟਲੀ ਆਲ ਰਾਈਟ, ਨੋਬਡੀ ਕੈਨ ਸਟੋਪ ਹਿਮ। ਬੇਸ਼ੱਕ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਭਾਰਤ ਸਰਕਾਰ ਵੱਲੋਂ ਗਾਰਡ ਆਫ ਆਨਰ ਨਾਲ ਸਨਮਾਨ ਕੀਤਾ ਗਿਆ, ਪਰ ਇਸ ਸਨਮਾਨ ਸੰਬੰਧੀ ਵੀ ਦਿੱਲੀ 'ਚ ਕਈ ਦਿਨ ਕਸ਼ਮਕਸ਼ ਚੱਲਦੀ ਰਹੀ, ਜਿਸ ਨੂੰ ਕਿ ਸ਼ਸ਼ੀ ਕਾਂਤ ਨੇ ਕਾਫੀ ਸ਼ਰਮਨਾਕ ਕਰਾਰ ਦਿੱਤਾ। ਉਹਨਾਂ ਮੁਤਾਬਕ ਸਰਦਾਰ ਹਰਜੀਤ ਸਿੰਘ ਸੱਜਣ ਨੇ ਕੈਨੇਡਾ ਵਿੱਚ ਰੱਖਿਆ ਮੰਤਰੀ ਦਾ ਅਹੁਦਾ ਪ੍ਰਾਪਤ ਕਰ ਦੇਸ਼ ਦਾ ਨਾਮ ਰੋਸ਼ਨ ਕੀਤਾ ਅਤੇ ਸਭ ਨੂੰ ਅੱਗੇ ਹੋ ਉਹਨਾਂ ਦਾ ਮਾਣ ਸਨਮਾਨ ਕਰਨਾ ਚਾਹੀਦਾ। ਸੱਜਣ ਸਾਹਿਬ ਜਿਹੜੇ ਹੈਗੇ, ਮੰਤਰੀ ਜਿਹੜੇ ਹੈਗੇ, ਡਿਫੈਂਸ ਮਿਨਿਸਟਰ ਸਾਹਿਬ ਜਿਹੜੇ ਹੈਗੇ ਨੇ ਕੈਨੇਡਾ ਤੋਂ ਦਿੱਲੀ ਆਏ, ਉਹਨਾਂ ਨੇ ਜਾਣਾ ਸੀ ਮਿਨਿਸਟਰੀ ਆਫ ਡਿਫੈਂਸ ਦੇ ਵਿੱਚ, ਉੱਥੇ ਵੀ ਕੁਝ ਕਨਫਿਊਜ਼ਨ ਹੋ ਗਿਆ ਉਹਨਾਂ ਨੂੰ, ਸਲਾਮੀ ਦੇਣੀ ਹੈਗੀ ਕਿ ਨਹੀਂ ਦੇਣੀ ਹੈਗੀ ਹੈ, ਗਾਰਡ ਆਫ ਦੀ ਆਨਰ ਦੇਣਾ ਹੈਗਾ ਕਿ ਨਹੀਂ ਦੇਣਾ ਹੈਗਾ। ਸੋ ਦੈਟ ਵਾਜ਼ ਰੋਂਗ, ਦੈਟ ਇਜ਼ ਅ ਪੋਲਿਸੀ ਡਿਸੀਜਨ ਇਫ ਦ ਜੈਂਟਲਮੈਨ ਇਜ਼ ਕਮਿੰਗ, ਜੇ ਉਹ ਜੈਂਟਲਮੈਨ ਜਿਹੜੇ ਹੈਗੇ ਨੇ, ਮੰਤਰੀ ਜੀ ਇੱਥੇ ਆ ਰਹੇ ਨੇ, ਇੱਕ ਆਫਿਸ਼ੀਅਲ ਵਿਜ਼ਿਟ, ਸਲਾਮੀ ਦੇਣਾ ਬਣਦਾ ਹੈਗਾ, ਬਣਦਾ ਹੈਗਾ, ਦੈਟ ਇਜ਼ ਅ ਡਿਊਟੀ। ਬਟ ਅਗਰ ਜੋ ਕੋਈ ਪ੍ਰਾਈਵੇਟ ਬੰਦਾ ਕਹਿੰਦਾ ਹੈਗਾ ਮੈਂ ਮਿਲਣਾ ਚਾਹੁੰਦਾ ਹੈਗਾ ਜਾਂ ਨਹੀਂ ਮਿਲਣਾ ਚਾਹੁੰਦਾ ਹੈਗਾ, ਅਗੇਨ ਇਟ ਇਜ਼ ਇਨ ਡੋਮੇਨ ਜਿਹੜਾ ਹੈਗਾ ਉਹਦਾ, ਪਰਸਨਲ ਫਰੀਡਮ ਆਫ ਥੋਟ ਐਕਸਪ੍ਰੈਸ਼ਨ ਜਿਹੜਾ ਵੀ ਹੈਗਾ ਉਹਦੀ ਹੱਦ 'ਚ ਆਉਂਦਾ ਹੈਗਾ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨੀ ਸਮਰਥਕ ਕਰਾਰ ਦੇਣਾ ਕੈਪਟਨ ਸਾਹਿਬ ਦੀ ਨਿੱਜੀ ਰਾਏ ਹੋ ਸਕਦੀ ਹੈ, ਪਰ ਬਤੌਰ ਇੱਕ ਮੁੱਖ ਮੰਤਰੀ ਇਹੋ ਜਿਹੀ ਬਿਆਨਬਾਜ਼ੀ ਕਿੰਨੀ ਕੁ ਵਾਜਿਬ ਹੈ ਇਸ ਬਾਰੇ ਸੋਚਣਾ ਤਾਂ ਜ਼ਰੂਰ ਬਣਦਾ ਹੈ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਟਿੱਪਣੀ ਤੋਂ ਬਾਅਦ ਬੇਸ਼ੱਕ ਰਾਜਸੀ ਹਲਕਿਆਂ ਦੇ ਵਿੱਚ ਹਰਜੀਤ ਸਿੰਘ ਸੱਜਣ ਦਾ ਦੌਰਾ ਵਿਵਾਦਮਈ ਰਿਹਾ, ਪਰ ਭਲਕੇ ਤੋਂ ਉਹਨਾਂ ਦਾ ਪੰਜਾਬ ਦੌਰਾ ਸ਼ੁਰੂ ਹੋ ਰਿਹਾ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ।